ਦਾਰੂ ਪੀਂਦੀਆਂ, ਸਿਗਰਟਾਂ ਪੀਂਦੀਆਂ, ਬੀੜੀਆਂ ਵੀ ਪੀ ਜਾਂਦੀਆਂ, ਹੁੱਕੇ ਪੀਂਦੀਆਂ, ਲੈਣਾ ਖਿੱਚਦੀਆਂ, ਡਾਂਸ ਕਰਦੀਆਂ, ਫਿਰ ਮਾਂ ਭੈਣ ਦੀਆਂ ਗੰਦੀਆਂ ਗਾਲਾਂ। ਅੱਛਾ, ਲੋਕ ਪਿੱਛੋਂ ਹੱਕਦੇ ਆ, ਇਹ ਫਿਰ ਜਦੋਂ ਮਤਲਬ ਪੀ ਲੈਂਦੀਆਂ ਸ਼ਰਾਬਾਂ, ਫਿਰ ਮੂੰਹ ਥਾੜੀ ਹੱਕਦੀਆਂ, ਜਦੋਂ ਮੂੰਹ ਖੋਲਦੀਆਂ ਪਤਾ ਫੇਰ ਲੱਗਦਾ ਆ ਵੀ ਇੰਨਾ ਕੁ ਗੰਦ ਪੱਕਦੀਆਂ। ਇਹ ਫਿਰ ਗਾਲਾਂ ਸਿੱਖ ਕੇ ਫਿਰ ਬਾਅਦ ਚ ਉਹੀ ਗਾਲਾਂ ਬਾਅਦ ਚ ਕੱਲ ਨੂੰ ਤੁਹਾਨੂੰ ਸੁਣਨ ਨੂੰ ਮਿਲਣੀਆਂ, ਜਦੋਂ ਕੱਲ ਨੂੰ ਤੁਸੀਂ ਆਪਣੇ ਘਰਾਂ ਚ ਲਿਆਣੀਆਂ ਨਾ ਵਿਆਹ ਕੇ, ਫਿਰ ਪਤਾ ਲੱਗਣਾ ਵੀ ਇਹਨੂੰ ਦੇਖ ਕੇ ਕੰਮ ਆਉਂਦਾ, ਜਾਂ ਤਾਂ ਇਹਨੂੰ ਖਾਣਾ ਆਉਂਦਾ ਤੇ ਜਾਂ ਇਹਨੂੰ ਗਾਲਵਾਂ ਲਿਆਉਂਦੀ ਆ, ਕੰਮ ਤੇ ਕੋਈ ਹੁੰਦਾ ਨਹੀਂ ਆ। ਤੇ ਇਹੋ ਜਿਹੀ ਨੂੰ ਮਤਲਬ ਘਰ ਵਿਆਹ ਕੇ ਲਿਆਓਗੇ, ਗਾਲਾਂ ਸੁਣਨ ਵਾਸਤੇ ਲਿਆਓਗੇ? ਜਿਹੜੀ ਚੰਡੀਗੜ੍ਹ ਚ ਜੋਬ ਕਰਨ ਦੀ ਆ ਨਾ, ਪਹਿਲਾਂ ਪਤਾ ਕਰ ਲਿਓ ਵੀ ਕਿੰਨੀ ਦੇਰ ਚੰਡੀਗੜ੍ਹ ਰਹੀ ਹੈ, ਕਿਹੜੇ ਹੋਸਟਲਾਂ 'ਚ ਰਹਿੰਦੀ ਰਹੀ ਹੈ, ਕਿਹਦੇ ਨਾਲ ਰਹਿੰਦੀ ਰਹੀ ਹੈ, ਫਿਰ ਜਾ ਕੇ ਸੋਚਿਓ ਵੀ ਇਹਨੂੰ ਵਿਆਹ ਕੇ ਲਿਆਉਣਾ। ਜੇ ਤਾਂ ਅੱਗੇ ਘਰਦਿਆਂ ਦੀ ਜ਼ਿੰਦਗੀ ਨਰਕ ਕਰਨੀ ਹੈ ਨਾ, ਤੇ ਆਪਣੀ ਵੀ ਜ਼ਿੰਦਗੀ ਨਰਕ ਕਰਨੀ ਹੈ, ਗਰਕ ਕਰਨੀ ਹੈ, ਤੇ ਚੰਡੀਗੜ੍ਹ ਦੀ ਕੁੜੀ ਨਾਲ ਭੁੱਲ ਕੇ ਵੀ ਵਿਆਹ ਨਾ ਕਰ ਲਿਓ। ਰੋਮੀ ਦਾ ਸੁਭਾਅ ਬਾਹਲਾ ਗਰਮ ਹੈ, ਜਿਹੜੀਆਂ ਪਿੰਡਾਂ 'ਚੋਂ ਆ ਕੇ ਚੰਡੀਗੜ੍ਹ 'ਚ ਕਰਨੀਆਂ ਵੀ ਆਪਾਂ ਤੇ ਇੱਥੇ ਹੀ ਜੰਮੀਆਂ ਪਲੀਆਂ, ਆਪਾਂ ਤੇ ਚੰਡੀਗੜ੍ਹ 'ਚ ਹੀ ਜੰਮੀਆਂ ਸੀ, ਸਾਡਾ ਤੇ ਜਨਮ ਹੀ ਚੰਡੀਗੜ੍ਹ 'ਚੋਂ ਆਇਆ ਸੀ। ਚੰਡੀਗੜ੍ਹ ਦੀਆਂ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ, ਗੰਦ ਪਾਇਆ ਦਾ ਬਦਨਾਮ ਕੀਤਾ ਦਾ ਚੰਡੀਗੜ੍ਹ ਦੀ ਕੁੜੀ ਨੂੰ, ਜਿਹੜੀ ਅਸਲੀ ਚੰਡੀਗੜ੍ਹ ਦੀ ਕੁੜੀ ਆ ਉਹ ਗੰਦ ਉਹ ਨਹੀਂ ਪਾਉਂਦੀ, ਗੰਦ ਅਸਲੀ ਜਿਹੜੀਆਂ ਪਿੰਡਾਂ 'ਚੋਂ ਆਈ ਦੀਆਂ ਉਹ ਗੰਦ ਪਾ ਰਹੀਆਂ ਬਦਨਾਮ, ਤੇ ਉਹਨਾਂ ਨੇ ਕੀਤਾ ਦਾ ਵਾ ਕਲੱਬਾਂ ਦੇ ਵਿੱਚ, ਗੰਦ ਕਿਹੜਾ ਪਾਇਆ ਦਾ ਪਿੰਡਾਂ ਦੀਆਂ ਕੁੜੀਆਂ ਜਿਹੜੀਆਂ ਆਈ ਦੀਆਂ, ਜਿਹਨਾਂ ਨੇ ਵੇਖਿਆ ਦਾ ਹੀ ਕੁਛ ਨਹੀਂ ਜ਼ਿੰਦਗੀ 'ਚ, ਇੱਥੇ ਆ ਕੇ ਵੇਖ ਕੇ ਪਾਗਲੀ ਹੋ ਜਾਂਦੀਆਂ, ਆਪਣੀ ਔਕਾਤ ਹੀ ਭੁੱਲ ਜਾਂਦੀਆਂ। ਹੁਣ ਗਰਮੀਆਂ ਜੇ ਆਈਆਂ ਨਹੀਂ ਆ, ਹੁਣ ਅੱਗੇ ਕੱਛੇ ਪਾ ਪਾ ਫਿਰਦੀਆਂ ਸੜਕਾਂ ਤੇ, ਕੱਛਾ ਫਲੇਵਰ, ਐਲ ਕੱਛਾ ਗੈਂਗ, ਇਹਨਾਂ ਨੇ 50 ਰੁਪਏ ਦਾ ਕੱਛਾ ਪਾ ਲੈਣਾ, ਲੱਤਾਂ ਵਿੱਚੋਂ ਟਟਿਓਲੀ ਦੀਆਂ ਲੱਤਾਂ ਕੱਢੀ ਦੀਆਂ, ਜਿਹੜੀਆਂ ਲੱਤਾਂ ਨਹੀਂ ਹੁੰਦੀਆਂ ਨੀ, ਟਟਿਓਲੀ ਦੀਆਂ ਲੱਤਾਂ ਵਰਗੀਆਂ ਲੱਤਾਂ ਵਾ, ਜਿੱਦਾਂ ਪੋਲੀ ਹੋਇਆ ਹੁੰਦਾ, ਤੇ ਕੱਛਾ ਪਾ ਕੇ ਫਿਰਨਗੀਆਂ ਰਾਤ ਨੂੰ। ਇੰਨੀ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਆਪਣੀ ਔਕਾਤ ਦਾ ਭੁੱਲੋ, ਕਿੱਥੋਂ ਆਈਆਂ ਜੇ, ਅੱਜ ਤੁਸੀਂ ਵੇਖਿਆ ਇੱਥੋਂ ਦਾ ਮਾਹੌਲ ਤੇ ਉਹੋ ਜਿਹੇ ਹੋ ਗਏ, ਵਾਹ, ਬੈਠੋ 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 ਬੈਠੋ, ਜਲਦੀ ਚਲੋ, ਗੱਡੀਆਂ ਆ ਗਈਆਂ, ਬਾਜ਼ਾਰੋਂ ਆ ਗਈ। ਸਲਵਾਰ ਕਮੀਜ਼ 'ਚ ਪਤਾ ਨਹੀਂ ਇਹਨਾਂ ਨੂੰ ਕੀ ਮਤਲਬ, ਕਿਹੜੇ ਕੰਡੇ ਚੁੱਭ ਜਾਂਦੇ ਆ, ਸੇਲ 'ਚੋਂ ਪਾਣੇ ਆ ਕਛੇ ਲੈ ਕੇ, ਉਹ ਭੈਣ ਪਾ ਲੈਣਗੇ, ਅੱਜ ਇੱਕੋ ਹੀ ਜਿਹੜਾ ਜੰਪ ਸੂਟ ਜਿਹਾ ਉਹ ਪਾ ਲੈਣਗੀਆਂ, ਆਪਣੇ ਆਪ ਦੱਸਣਗੇ ਆਪਾਂ ਪੜ੍ਹੀ ਲਿਖੀਆਂ ਵਾ ਤੇ ਖਾਨਦਾਨੀ ਆਜ਼ਾਦ ਕੁੜੀਆਂ। ਅਰੇ ਬਾਪ ਰੇ, ਇਹ ਤਾਂ ਧੋਤੀ ਖੋਲ ਰਿਹਾ ਹੈ। ਜਿਨ੍ਹਾਂ ਦਾ ਅਜੇ ਰਿਸ਼ਤਾ ਨਹੀਂ ਹੋਇਆ, ਜੇ ਤੁਹਾਨੂੰ ਕੋਈ ਦੱਸ ਪਾਉਂਦਾ ਨਾ, ਤੁਹਾਡੇ ਮਾਂ ਪਿਓ ਨੂੰ ਦੱਸ ਪਾਉਂਦਾ ਵਾ ਵੀ ਇੱਕ ਕੁੜੀ ਆ ਜੀ ਚੰਡੀਗੜ੍ਹ ਦੀ, ਉੱਥੇ ਜੋਬ ਕਰਦੀ ਆ, ਬਹੁਤ ਸੋਹਣੀ ਸੁਨੱਖੀ ਕੁੜੀ ਹੈ, ਖਾਨਦਾਨੀ ਕੁੜੀ ਹੈ, ਪੜ੍ਹੀ ਲਿਖੀ ਕੁੜੀ ਹੈ, ਸੇਵਾ ਕਰਨ ਵਾਲੀ ਕੁੜੀ ਹੈ, ਤੇ ਇੱਕ ਰਿਸ਼ਤਾ ਵਾ, ਜੇ ਮਤਲਬ ਤੁਸੀਂ ਕਹੋ ਤੇ ਗੱਲ ਚਲਾਈਏ ਅੱਗੇ, ਜੇ ਇੰਨੀ ਗੱਲ ਤੁਹਾਨੂੰ ਤੁਹਾਡੇ ਮਾਂ ਪਿਓ ਨੂੰ ਕੋਈ ਕਹਿੰਦਾ ਵਾ। ਤੇ ਵੇਖੋ, ਜ਼ਿੰਦਗੀ ਤੁਸੀਂ ਕੱਟਣੀ ਹੈ, ਜਿਹਦੇ ਨਾਲ ਵਿਆਹ ਹੋਣਾ ਵਾ ਉਹਦੇ ਨਾਲ ਤੁਸੀਂ ਜ਼ਿੰਦਗੀ ਕੱਢਣੀ ਹੈ, ਬਾਅਦ ਚੋਂ ਕੋਈ ਵੀ ਮਤਲਬ ਸਾਥ ਨਹੀਂ ਦਿੰਦਾ ਹੁੰਦਾ, ਜਦੋਂ ਕੱਲ੍ਹ ਨੂੰ ਕਲੇਸ਼ ਪੈਂਦਾ ਨਾ ਘਰ ਦੇ ਵਿੱਚ, ਨਾ ਮਾਂ ਨਾ ਪਿਓ ਨਾ ਕੋਈ ਰਿਸ਼ਤੇਦਾਰ, ਬਾਅਦ ਚੋਂ ਆਪ ਹੀ ਭੁਗਤਣੀਆਂ ਪੈਂਦੀਆਂ। ਇਹ ਬੜੀ ਅੱਛੀ ਬਾਤ ਕਹੀ ਆ, ਇਹ ਵਾਲੀ ਗੱਲ ਜਿਹੜੀ ਮੈਂ ਹੁਣ ਕਰਨ ਲੱਗਾ ਮੈਂ ਪਿਛਲੀ ਵੀਡੀਓ 'ਚ ਵੀ ਕਹੀ ਸੀ, ਤੇ ਜਿਨ੍ਹਾਂ ਨੇ ਅਜੇ ਪਿਛਲੀ ਵੀਡੀਓ ਨਹੀਂ ਵੇਖੀ, ਇਸ ਤੋਂ ਪਹਿਲਾਂ ਇੱਕ ਵੀਡੀਓ ਪਾਈ ਆ ਉਹ ਵੀ ਦੇਖ ਲਿਓ, ਕਿ ਜੇ ਚਾਹੁੰਦੇ ਹੋ ਕਿ ਆਪਣੇ ਮਾਂ ਪਿਓ ਦੀ ਸੇਵਾ ਕਰਵਾਉਣਾ ਚਾਹੁੰਦੇ ਹੋ, ਹੈ ਨਾ, ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਤੇ ਮੇਰੇ ਵੀਰ ਨਾ
ਕਿ ਗਰੀਬ ਜੇਕਰੋਂ ਕੁੜੀ ਵਿਆਹ ਕੇ ਲੈ ਆਓ, ਕਿਸੇ ਛੋਟੇ ਫੈਮਿਲੀ ਤੋਂ ਖਾਨਦਾਨੀ ਕੁੜੀ ਲੈ ਆਓ, ਵੇਖ ਕੇ ਪਿੰਡ 'ਚੋਂ ਕੋਈ ਖਰਚਾ ਨਹੀਂ ਕਰਨਾ, ਕੋਈ ਖਰਚਾ ਨਹੀਂ ਕਰਵਾਉਣਾ, ਅਤੇ ਉਹਨੂੰ ਆਪਣੇ ਘਰ ਲਿਆਓ, ਤੁਹਾਡੀ ਇੱਜ਼ਤ ਵੀ ਕਰੇਗੀ, ਤੁਹਾਡੇ ਮਾਂ ਪਿਓ ਦੀ ਵੀ ਇੱਜ਼ਤ ਕਰੇਗੀ। ਮੈਂ ਪਹਿਲਾਂ ਵੀ ਕਿਹਾ ਸੀ, ਹੈ ਨਾ, ਇੰਨੀ ਵੀ ਗਰੀਬ ਨਹੀਂ ਲੈਣੀ ਕਿ ਜਿਹੜੀ ਇੱਥੇ ਆ ਕੇ ਬਾਅਦ 'ਚੋਂ ਕਈਆਂ ਦਾ ਦਿਮਾਗ ਹੀ ਖਰਾਬ ਹੋ ਜਾਂਦਾ ਹੁੰਦਾ, ਵੀ ਜਿਹਨਾਂ ਨੇ ਕੁਛ ਵੇਖਿਆ ਹੀ ਕੁਛ ਨਹੀਂ ਹੁੰਦਾ, ਉਹ ਨਹੀਂ ਲੈਣੀ। ਲਿਆਣੀ ਉਹ ਆ ਜਿਹੜੀ ਖਾਨਦਾਨ 'ਚ, ਮਤਲਬ ਖਾਨਦਾਨੀ ਕੁੜੀ, ਜਿਹੜੀ ਪਿੰਡ 'ਚ ਰਹਿ ਕੇ ਵੀ ਆਪਣੇ ਕਲਚਰ ਨੂੰ ਭੁੱਲੀ ਨਾ ਹੋਏ, ਆਪਣੇ ਮਾਂ ਪਿਓ ਦੀ ਇੱਜ਼ਤ ਬਾਰੇ ਜਿਹਨੂੰ ਪਤਾ ਹੋਏ, ਹੈ ਨਾ, ਜਿਹਨੇ ਆਪਣੇ ਪਰਿਵਾਰ ਦੀ, ਆਪਣੇ ਮਾਂ ਪਿਓ ਦੀ ਇੱਜ਼ਤ ਕਦੀ ਖਰਾਬ ਨਾ ਕੀਤੀ ਹੋਏ, ਉਹੋ ਜਿਹੀ ਕੁੜੀ ਨੂੰ ਲਿਆਓ। ਤੁਹਾਡੇ ਮਾਂ ਪਿਓ ਦੀ ਵੀ ਇੱਜ਼ਤ ਕਰੇਗੀ, ਤੁਹਾਡੀ ਵੀ ਇੱਜ਼ਤ ਕਰੇਗੀ, ਸਾਰੀ ਉਮਰ ਰਿਸ਼ਤੇਦਾਰੀ ਨੂੰ ਵੀ ਬਣਾ ਕੇ ਰੱਖੇਗੀ, ਮਿਲਣ ਵਰਤਨ ਵੀ ਉਹਨੂੰ ਪਤਾ ਹੁੰਦਾ ਵਾ। ਸ਼ਹਿਰ ਦੀਆਂ ਕੁੜੀਆਂ ਇਕੱਲਾ ਸੋਹਣਾ ਨਾ ਵੇਖ ਲਿਓ ਰੰਗ ਰੂਪ, ਕਿਉਂਕਿ ਜਿਹਨਾਂ ਦੇ ਰੰਗ ਗੋਰੇ ਆ ਨਾ, ਉਹਨਾਂ ਦੇ ਦਿਲ ਕਾਲੇ ਆ। ਸੱਚਾਈ ਇਹ ਵਾ ਕਿ ਸੋਹਣੀ ਸੁਨੱਖੀ ਨੂੰ ਕੀ ਕਰਨਾ, ਆਪਾਂ ਤੇ ਆਪਣਾ ਪਰਿਵਾਰ ਵੇਖਣਾ, ਆਪਾਂ ਆਪਣੀ ਫੈਮਿਲੀ ਦੀ ਇੱਜ਼ਤ ਵੇਖਣੀ ਆ, ਖਾਨਦਾਨ ਦੇ ਵਿੱਚ ਆਪਣਾ ਸਾਰਿਆਂ ਦਾ ਮਤਲਬ ਵੀ ਇਕੱਠ ਵੇਖਣਾ ਚਾਹੁੰਦੇ ਹਾਂ, ਹੈ ਨਾ, ਸਾਰਿਆਂ ਦੇ ਵਿੱਚ ਸਾਡਾ ਪਿਆਰ ਬਣਿਆ ਰਹੇ, ਇੱਜ਼ਤ ਬਣੀ ਰਹੇ। ਆਪਾਂ ਨੂੰ ਤੇ ਉਹ ਕੁੜੀ ਲੈਣੀ ਚਾਹੀਦੀ ਹੈ ਜਿਹੜੀ ਮਤਲਬ ਖਾਨਦਾਨ ਨੂੰ ਇਕੱਠੇ ਕਰਕੇ ਰੱਖੇ। ਇਹ ਹੁਣ ਤੁਸੀਂ ਦੇਖਣਾ ਵਾ ਕਿ ਕਿਹੜੀ ਕੁੜੀ ਲੈਣੀ ਹੈ ਘਰ 'ਚ, ਹੈ ਨਾ, ਕਿ ਪੜ੍ਹੀ ਲਿਖੀ ਉੱਚੀ ਸੋਚ ਵਾਲੀ ਲਿਆਉਣੀ ਹੈ, ਐਡਵਾਂਸ ਸੋਚ ਵਾਲੀ ਅੱਜ ਦੀ ਕੁੜੀ ਲੈ ਕੇ ਆਉਣੀ, ਜਿਹੜੇ ਯਾਰ ਹੀ 50 ਹੋਣ, ਜਿਹਦੇ ਫਰੈਂਡ ਹੀ 50 ਹੁੰਦੇ ਆ ਅੱਜ ਕੱਲ੍ਹ। ਬਾਅਦ ਚੋਂ ਪਾ, ਹੈਲੋ ਬੇਬੀ, ਅੱਛਾ ਯੇ, ਉਹਨੂੰ ਪੁੱਛਣਾ ਕੌਣ ਹੈ, ਯੇ ਮੇਰਾ ਵੋ ਫਰੈਂਡ, ਅੱਛਾ ਫਿਰ ਹੈਲੋ ਬੇਬੀ, ਹਾਂ ਇਹ ਕੌਣ ਹੀ, ਇਹ ਮੇਰੇ ਫਰੈਂਡ ਦਾ ਫਰੈਂਡ ਹੀ, ਅੱਛਾ ਇਹ ਕੌਣ ਹੀ, ਇਹ ਮੇਰੇ ਫਰੈਂਡ ਦੇ ਵੀ ਅੱਗੇ ਫਰੈਂਡ ਦਾ ਫਰੈਂਡ ਹੀ, ਮਤਲਬ 50 ਤੇ ਫਰੈਂਡ ਹੀ ਹੁੰਦੇ ਇਹਨਾਂ ਦੇ। ਬਾਅਦ ਚੋਂ ਇਹੋ ਹੀ ਵੇਖਦੇ ਰਹਿਣਾ, ਕਰਨਾ ਵੀ ਇਹ ਕਿਹੜਾ ਫਰੈਂਡ ਦਾ ਫੋਨ ਆਇਆ ਅੱਜ, ਅੱਛਾ ਇਹ ਕਿਹੜੇ ਫਰੈਂਡ ਦਾ ਫੋਨ, ਹਾਂਜੀ ਕੀ ਕਰਨ ਡਿਓ, ਉਹ ਗੱਲ ਕਰਨ ਦੀ ਫਰੈਂਡ ਦਾ ਫੋਨ, ਹਰ ਵੇਲੇ ਫੋਨ 'ਤੇ ਲੱਗੀ ਰਹਿਣਾ ਕਰਨਾ ਉਹਨੇ। ਅਤੇ ਬਾਕੀ ਵੋਟੀ ਲਿਆਉਣੀ ਹੈ, ਘਰ ਦੀ ਇੱਜ਼ਤ ਲਿਆਉਣੀ ਹੈ, ਘਰਾਂ 'ਚ ਕਰਿਆਨੇ ਦਾ ਸਮਾਨ ਥੋੜ੍ਹੀ ਲਿਆਉਣਾ। ਜਦੋਂ ਕੋਈ ਰਿਸ਼ਤਾ ਚੰਡੀਗੜ੍ਹ ਦੀ ਕੁੜੀ ਦਾ ਆ ਜਾਂਦਾ, ਮੈਂ ਨਹੀਂ ਇਹ ਕਹਿੰਦਾ ਵੀ ਚੰਡੀਗੜ੍ਹ ਦੀਆਂ ਕੁੜੀਆਂ ਮਾੜੀਆਂ, ਨਾ, ਚੰਡੀਗੜ੍ਹ 'ਚ ਰਹਿਣ ਵਾਲੀਆਂ ਕੁੜੀਆਂ ਬਹੁਤ ਚੰਗੀਆਂ, ਪੜ੍ਹੀਆਂ ਲਿਖੀਆਂ, ਸੰਸਕਾਰੀ ਕੁੜੀਆਂ ਵਾ, ਖਾਨਦਾਨੀ ਕੁੜੀਆਂ ਵਾ। ਪਰ ਜਿਹੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਨੂੰ ਬਦਨਾਮ ਕੀਤਾ ਦਾ ਵਾ, ਉਹ ਆ ਜਿਹੜੀਆਂ ਪਿੰਡਾਂ 'ਚੋਂ ਉੱਠ ਕੇ ਆਈ ਦੀਆਂ, ਉਹਨਾਂ ਨੇ ਆ ਕੇ ਇੱਥੇ ਚੰਡੀਗੜ੍ਹ 'ਚ ਗੰਦ ਪਾਇਆ ਦਾ। ਹੁਣ ਉਹਦੀ ਗੱਲ ਕਰਦੇ ਹਾਂ, ਕੀ ਗੰਦ ਪਾਇਆ ਦਾ ਵਾ। ਗੱਲ ਤਾਂ ਆ ਵਾ ਵੀ ਪਹਿਲਾਂ ਅੱਜ ਕੱਲ੍ਹ ਜਿਹੜੀ ਗੱਲ ਕਰਦੇ ਆ ਬਰਾਬਰ ਦੇ ਹੱਕਾਂ ਦੀ, ਉਹ ਤਾਂ ਕਾਗਜ਼ਾਂ 'ਚ ਹੀ ਹੈ, ਠੀਕ ਹੈ ਨਾ। ਜਦੋਂ ਗਰਾਊਂਡ ਲੈਵਲ 'ਤੇ ਬੰਦਾ ਜਾਂਦਾ, ਪਤਾ ਫੇਰ ਲੱਗਦਾ ਵੀ ਕਿਹੜੇ ਹੱਕਾਂ ਦੀ ਗੱਲ ਕਰਦਾ ਕੋਈ। ਚੰਡੀਗੜ੍ਹ 'ਚ ਕੁੜੀਆਂ ਜਿਹੜੀਆਂ ਇਸ ਵੇਲੇ ਪਿੰਡਾਂ 'ਚੋਂ ਆ ਕੇ ਰਹਿੰਦੀਆਂ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਮਾਂ ਪਿਓ ਆਪਣੀਆਂ ਧੀਆਂ ਨੂੰ ਜੰਮਦੇ ਹੀ ਕਿਉਂ ਆ, ਜਿਨ੍ਹਾਂ ਕੋਲ ਆਪਣੀ ਧੀ ਦਾ ਵਿਆਹ ਹੋਣ ਤੱਕ ਕੁੜੀ ਨੂੰ ਘਰ ਨਹੀਂ ਰੱਖਿਆ ਜਾਂਦਾ ਉਹਨਾਂ ਕੋਲ, ਉਹ ਭਰਾ ਹੀ ਕਿੱਦਾਂ ਦੇ ਹੋਣਗੇ ਜਾਂ ਉਹ ਭਰਾ ਕਿੱਦਾਂ ਦੇ ਨੇ ਜਿਹੜੇ ਜਿਨ੍ਹਾਂ ਦੀਆਂ ਭੈਣਾਂ ਚੰਡੀਗੜ੍ਹ 'ਚ ਰਹਿ ਰਹੀਆਂ ਵਾ, ਅਜੇ ਉਮਰ ਉਹਨਾਂ ਦੀ ਕਿੰਨੀ ਹੈ, 16-17 ਸਾਲ, ਪਰ ਉਹਨਾਂ ਦੇ ਭਰਾ ਦਾ ਇਹ ਨਹੀਂ ਫਰਜ਼ ਬਣਿਆ ਕਦੀ ਪੁੱਛਣ ਦਾ ਵੀ ਤੂੰ ਭੈਣੇ ਕਿੱਥੇ ਰਹਿ ਰਹੀ ਹੈ, ਕਿੱਦਾਂ ਰਹਿ ਰਹੀ ਹੈ, ਕਿਹਦੇ ਨਾਲ ਰਹਿ ਰਹੀ ਹੈ ਤੂੰ ਉੱਥੇ ਚੰਡੀਗੜ੍ਹ 'ਚ। ਔਰ ਚੰਡੀਗੜ੍ਹ 'ਚ ਕੋਈ ਇਹ ਤਾਂ ਹੈ ਨਹੀਂ ਕਿ ਬੜੀ ਇੱਥੇ ਜੋਬ ਮਤਲਬ ਆਰਾਮ ਨਾਲ ਮਿਲ ਜਾਂਦੀ ਹੈ, ਸੈਲਰੀ ਕਿੰਨੀ ਹੈ, ਇੱਥੇ ਖਰਚੇ ਕਿੰਨੇ ਹੈ,
ਇੱਥੇ 25-30 ਹਜ਼ਾਰ ਰੁਪਇਆ ਲੈਣ ਵਾਲਾ ਬੰਦਾ ਵਾ ਨਾ ਜਿਹੜਾ, ਉਹਦਾ ਵੀ ਮਤਲਬ ਵੀ ਕੁਛ ਨਹੀਂ ਜੁੜਦਾ। ਅਤੇ ਮੈਂ ਹੈਰਾਨ ਹੈ ਕਿ ਜਿਹੜੀਆਂ ਪਿੰਡਾਂ 'ਚੋਂ ਕੁੜੀਆਂ ਆਈ ਦੀਆਂ ਇੱਥੇ 10-12 ਹਜ਼ਾਰ ਰੁਪਏ ਤੋਂ ਉੱਤੇ ਕਿਸੇ ਨੂੰ ਤਨਖਾਹ ਨਹੀਂ ਮਿਲਦੀ ਹੋਣੀ, ਅਤੇ ਉੱਥੇ ਆ ਕੇ ਕਮਰੇ 'ਚ ਰਹਿ ਰਹੀਆਂ, ਕਿਹਦੇ ਨਾਲ ਰਹਿ ਰਹੀਆਂ, ਕੋਈ ਲੈਣਾ ਦੇਣਾ ਨਹੀਂ ਮਾਂ ਪਿਓ ਨੂੰ। ਇੰਨੀ ਸ਼ਰਮ ਨਹੀਂ ਆਉਂਦੀ? ਮੈਂ ਤਾਂ ਹੈਰਾਨ ਹੈ ਵੀ ਤੁਸੀਂ ਆਪਣੀ ਕੁੜੀ ਨੂੰ ਜੰਮਿਆ ਸੀ ਤੁਸੀਂ, ਵਿਆਹ ਤੱਕ 19-20 ਸਾਲ ਦੀ ਜਦੋਂ ਤੱਕ ਹੁੰਦੀ ਹੈ ਵਿਆਹ ਹੋ ਜਾਂਦਾ ਕੁੜੀ ਦਾ ਉਦੋਂ ਤੱਕ ਨਾ, ਤੁਸੀਂ ਆਪਣੀ ਕੁੜੀ ਦੇ ਵਿਆਹ ਹੋਣ ਤੱਕ ਤੁਸੀਂ ਉਹਨੂੰ ਆਪਣੇ ਘਰ ਨਹੀਂ ਰੱਖ ਸਕੇ। ਤੁਹਾਡੀ ਕੁੜੀ ਕਿੱਥੇ ਕਿੱਦਾਂ ਰਹਿ ਰਹੀ ਹੈ ਤੁਹਾਨੂੰ ਪਤਾ? ਜੇ ਮੈਂ ਅੱਜ ਬੋਲਣ 'ਤੇ ਆਵਾਂ ਨਾ, ਫਿਰ ਲੋਕਾਂ ਨੇ ਕਹਿਣਾ ਯਾਰ ਇੰਨਾ ਸੱਚ ਨਾ ਬੋਲਿਆ ਕਰ, ਹੈ ਨਾ, ਕਿਉਂਕਿ ਸੱਚੀ ਗੱਲ ਬੜੀ ਚੁੱਭਦੀ ਆ ਲੋਕਾਂ ਨੂੰ। ਇਹ ਗੱਲ ਕਈ ਕੁੜੀਆਂ ਨੂੰ ਬੜੀ ਚੁੱਭਣੀਆਂ ਹੁਣ, ਜਿਹੜੀਆਂ ਉਹੋ ਜਿਹੀਆਂ ਨੇ, ਸਮਝ ਗਏ ਨਾ ਕਿਹੋ ਜਿਹੀਆਂ, ਸਮਝ ਰਹੇ ਹੋ? ਜਿਹੜੀ ਕੁੜੀ ਸਹੀ ਆ ਉਹਨੂੰ ਇਹ ਵੀਡੀਓ ਨਾਲ ਕੋਈ ਮਤਲਬ ਨਹੀਂ ਹੈ, ਕੋਈ ਦਿੱਕਤ ਨਹੀਂ ਹੈ, ਉਹ ਸਹਿਮਤ ਵੀ ਹੋਏਗੀ ਆ ਗੱਲ ਨਾਲ ਮੇਰੀ, ਕਿਉਂਕਿ ਸਹੀ ਕੁੜੀ ਹੈ ਨਾ ਜਿਹੜੀ ਅੱਜ ਦੀ ਡੇਟ 'ਚ, ਉਹ ਵੀ ਬਦਨਾਮ ਜਿਹੜੀ ਹੈ ਨਾ, ਜਿਹੜੀ ਬਦਨਾਮ ਹੋ ਰਹੀ ਹੈ, ਉਹ ਵੀ ਉਹਨਾਂ ਕੁੜੀਆਂ ਕਰਕੇ ਹੋ ਰਹੀ ਹੈ ਜਿਹੜੀਆਂ ਇੱਥੇ ਮਾਂ ਪਿਓ ਨੇ ਘਰੋਂ ਕੱਢੀ ਰਹੀਆਂ, ਇੱਥੇ ਆ ਕੇ ਰਹਿ ਰਹੀਆਂ, ਕਮਰਾ ਮਿਲ ਜਾਂਦਾ ਇੱਥੇ 2-4-5 ਹਜ਼ਾਰ ਰੁਪਏ 'ਚ ਕਮਰਾ ਮਿਲ ਜਾਂਦਾ। ਚਲੋ 5 ਹਜ਼ਾਰ ਦਾ ਕਮਰਾ ਮਿਲ ਗਿਆ, 2-4-5 ਹਜ਼ਾਰ ਰੁਪਇਆ ਰਾਸ਼ਨ ਦਾ ਖਰਚਾ ਵੀ ਤਾਂ ਹੈ, ਖਾਣਾ ਵੀ ਤਾਂ ਹੈ, 10 ਹਜ਼ਾਰ ਰੁਪਇਆ ਹੋ ਗਿਆ। ਫਿਰ ਇਹਨਾਂ ਦੇ ਕੱਪੜੇ ਕਿੱਥੋਂ ਆਉਂਦੇ ਆ, ਰੋਜ਼ ਨਵੇਂ, ਮੋਬਾਈਲ ਕਿੱਥੋਂ ਆ ਜਾਂਦੇ ਇਹਨਾਂ ਦੇ ਹੱਥਾਂ 'ਚ, 15-20 ਹਜ਼ਾਰ ਰੁਪਏ ਦਾ ਮੋਬਾਈਲ ਇਹਨਾਂ ਦੇ ਹੱਥ 'ਚ ਆ ਜਾਂਦਾ, ਕਿੱਥੋਂ ਆ ਜਾਂਦਾ? ਹੁਣ ਇਹਨਾਂ ਦਾ ਮਾਂ ਪਿਓ ਨਹੀਂ ਇੰਨੀ ਗੱਲ ਪੁੱਛਣ ਵਾਲਾ, ਨਾ ਕੋਈ ਭਰਾ ਗੱਲ ਪੁੱਛਣ ਵਾਲਾ ਵੀ ਤੇਰੇ ਕੋਲ ਆਹ ਸਮਾਨ ਮੋਬਾਈਲ, ਆ ਤੂੰ ਜਿੱਥੇ ਰਹਿ ਰਹੀ ਹੈ ਕਿੱਦਾਂ ਰਹਿ ਰਹੀ ਹੈ, ਕਿਹਦੇ ਨਾਲ ਰਹਿ ਰਹੀ ਹੈ। ਨਾਲ ਮਤਲਬ ਫਿਰ ਆਸ਼ਕ ਆ ਜਾਂਦੇ ਆ ਪਿੰਡਾਂ 'ਚੋਂ ਪਿੱਛੇ ਹੀ, ਵੀ ਆ ਜਾ ਕਮਰਾ ਲੈ ਲਿਆ ਮੈਂ, ਫਿਰ ਰਲ ਕੇ ਇੱਥੇ ਰਹਿਣਗੇ। 18 ਸਾਲ ਤੋਂ ਪਹਿਲਾਂ ਕੁੜੀ ਦਾ ਵਿਆਹ ਨਹੀਂ ਹੁੰਦਾ ਨਾ ਇੱਥੇ, ਤੇ 16 ਸਾਲ 'ਚ ਹੀ ਮਤਲਬ ਵੀ ਰਹਿ ਰਹੀਆਂ, ਅੱਗੋਂ ਨਿਆਣੇ ਵੀ ਹੋਣ ਵਾਲੇ ਆ ਕਈਆਂ ਦੇ। ਵਾਹ ਮੁਬਾਰਕਾਂ ਉਹਨਾਂ ਦੇ ਮਾਂ ਪਿਓ ਨੂੰ ਵੀ, ਤੁਹਾਨੂੰ ਵੀ ਮੁਬਾਰਕਾਂ, ਤੁਹਾਡੀ ਕੁੜੀ ਇੱਥੇ ਰਹਿ ਰਹੀ ਲਿਵਿੰਗ ਰਿਲੇਸ਼ਨ 'ਚ ਜਿੱਦਾਂ, ਅਤੇ ਅੱਗੇ ਨਿਆਣੇ ਵੀ ਹੋਣ ਵਾਲੇ ਆ। ਵਾਹ ਸਲਿਊਟ ਆਉਣਾ ਮਾਂ ਪਿਓ ਨੂੰ ਜਿਹੜੇ ਆਪਣੀਆਂ ਧੀਆਂ ਨੂੰ ਜੰਮ ਕੇ ਘਰੋਂ ਕੱਢ ਦਿੰਦੇ ਆ ਵੀ ਜਾਓ। ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ ਵੀ ਜੇ ਕਿਤੇ ਮੇਰੀ ਭੈਣ ਹੁੰਦੀ, ਪਹਿਲੀ ਗੱਲ ਤਾਂ ਆਪਣਾ ਫਰਜ਼ ਬਣਦਾ ਭਰਾਵਾਂ ਦਾ, ਭੈਣ ਘਰੋਂ ਕਿੱਦਾਂ ਬਾਹਰ ਚੱਲ ਜੇ, ਠੀਕ ਆ। ਪੜ੍ਹੀ ਲਿਖੀ ਅੱਜ ਦੀ ਡੇਟ 'ਚ ਕੁੜੀ ਹੈ, ਠੀਕ ਆ, ਆਜ਼ਾਦ ਹੈ, ਪਰ ਇਹਦਾ ਮਤਲਬ ਇਹ ਸੀ ਵੀ ਇਹ ਪਿੰਡਾਂ 'ਚ ਚੰਡੀਗੜ੍ਹ 'ਚ ਆ ਕੇ ਰਹਿ ਰਹੀ ਹੈ, ਪਿੰਡਾਂ 'ਚ ਉੱਠ ਕੇ ਅੱਛਾ 10-15 ਹਜ਼ਾਰ ਰੁਪਏ 'ਚ ਰਹਿ ਰਹੀ ਹੈ, ਕਿੱਦਾਂ ਰਹਿ ਰਹੀ, ਕਿਹਦੇ ਨਾਲ ਰਹਿ ਰਹੀ, ਇੰਨਾ ਤਾਂ ਬੰਦਾ ਪੁੱਛਣ ਵਾਲਾ ਹੁੰਦਾ ਹੀ ਹੈ। ਤੁਹਾਡੀ ਧੀ ਕਿਹਦੇ ਨਾਲ ਰਹਿ ਰਹੀ ਹੈ, ਇੰਨਾ ਤਾਂ ਬੰਦਾ ਪੁੱਛ ਹੀ ਸਕਦਾ, ਪਤਾ ਵੀ ਹੈਗਾ। ਔਰ ਇੱਥੇ ਇੰਨਾ ਗੰਦ ਪਾਇਆ ਦਾ, ਬਦਨਾਮ ਜਿਹੜੀਆਂ ਚੰਡੀਗੜ੍ਹ ਦੀਆਂ ਕੁੜੀਆਂ, ਇਹਨਾਂ ਗੰਦ ਲੋਕਾਂ ਨੇ ਕੀਤੀ ਦੀ ਆ, ਇਹੋ ਜਿਹੀਆਂ ਗੰਦੀਆਂ ਨੇ। ਇੱਥੇ ਯਾਰ ਆਪਾਂ 20-25 ਹਜ਼ਾਰ 30 ਹਜ਼ਾਰ ਵੀ ਕਮਾ ਕੇ ਵੇਖ ਲਿਆ, ਫਿਰ ਵੀ ਖਰਚਾ ਨਹੀਂ ਪੂਰਾ ਹੁੰਦਾ। ਇਹਨਾਂ ਦਾ ਵੇਖੋ 10-12 ਹਜ਼ਾਰ ਰੁਪਏ 'ਚ ਲੱਗੀ ਦੀਆਂ, ਅਤੇ ਫਿਰ ਮਤਲਬ ਵੀ ਕਿੱਦਾਂ ਹੁਣ ਉੱਪਰਲੀ ਕਮਾਈ ਮੈਂ ਦੱਸਾਂ ਤਾਂ ਫਿਰ ਬਾਅਦ 'ਚੋਂ ਗੱਲ ਖਰਾਬ ਹੋ ਜਾਣੀ, ਗਲਤ ਹੋ ਜਾਣੀ ਉਹ ਚੀਜ਼। ਫਿਰ ਇਹਨਾਂ ਨੂੰ ਕਲੱਬ ਦੀ ਐਂਟਰੀ, ਕਿਉਂਕਿ ਇੱਕ ਗੰਦੀ ਹੁੰਦੀ ਆ, ਇੱਕ ਮੱਛੀ ਗੰਦੀ ਹੁੰਦੀ ਆ ਨਾ ਤਲਾਅ 'ਚ, ਉਹਨੇ ਹੋਰ ਨਾਲ ਤਲਾਅ 'ਚ ਜਿੰਨੀਆਂ ਮੱਛੀਆਂ ਉਹ ਵੀ ਗੰਦੀਆਂ ਕਰਨੀਆਂ। ਫਿਰ ਕੀ ਹੁੰਦਾ ਵੀ ਜਿਹੜੀਆਂ ਇੱਥੇ ਪੁਰਾਣੀਆਂ ਰਹਿ ਰਹੀਆਂ ਉਹ ਬੁਲਾਉਂਦੀਆਂ, ਫਿਰ ਉਹਨੂੰ ਕੀ ਆ ਵੀ ਉਹ ਫਿਰ ਟ੍ਰੇਨਿੰਗ ਦਿੰਦੀਆਂ ਅੱਗੇ, ਫਿਰ ਉਹਨੂੰ ਕਹਿੰਦੀ ਵੀ ਤੂੰ ਕਿੱਥੇ ਲੱਗੀ ਦੀ ਆ 10-12 ਹਜ਼ਾਰ ਰੁਪਏ 'ਚ, ਮਰਨ ਡੀ ਆ ਤੂੰ, ਤੂੰ ਤਾਂ ਕੁੜੀ ਹੈ, ਤੈਨੂੰ ਪਤਾ ਨਹੀਂ ਤੂੰ ਕੁੜੀ ਹੈ। ਅੱਛਾ ਫਿਰ ਕੁੜੀ ਹੈ, ਉਹਨੂੰ ਲੱਗਦਾ ਵੀ ਅੱਛਾ ਮੈਂ ਕੁੜੀ ਹਾਂ, ਫਿਰ ਕੁੜੀ ਦਾ ਮਤਲਬ ਤੇਰੇ ਤਾਂ ਮਸ਼ੀਨ ਆ, ਤੇਰੇ ਕੋਲ ਤਾਂ ਮਸ਼ੀਨ ਹੈ, ਏਟੀਐਮ ਮਸ਼ੀਨ ਹੈ, ਤੂੰ ਕਿਉਂ ਮਤਲਬ ਤਰਲੇ ਮਾਰਨ ਡੀ ਆ, ਕਦੀ ਕਿਤੇ ਮਿਹਨਤ ਕਰਨ ਡੀ ਆ ਨਾ। ਇਹ ਉਹਨਾਂ ਦੀ ਗੱਲ ਕਰ ਰਹੇ ਜਿਹੜੀਆਂ ਗੰਦੀਆਂ ਹੋਰਾਂ ਨੂੰ ਵੀ ਗੰਦੀਆਂ ਕਰਦੀਆਂ, ਠੀਕ ਹੈ। ਮੈਂ ਪਹਿਲੀ ਗੱਲ ਹੋ ਸਾਰਿਆਂ ਦੀ ਗੱਲ ਨਹੀਂ ਕਰਦਾ, ਜਿਹੜੀਆਂ ਗੰਦੀਆਂ ਨੇ, ਅਤੇ ਇਹ
ਸਮਝ ਆ ਜਾਣੀ ਆ, ਜਿਹੜੀਆਂ ਗੰਦੀਆਂ ਉਹਨਾਂ ਨੂੰ ਇਹ ਗੱਲ ਸਮਝ ਆ ਜਾਣੀ ਹੈ ਕਿਹਦੇ ਬਾਰੇ ਗੱਲ ਕਰ ਰਿਹਾ, ਜਿਹੜੀਆਂ ਸਹੀ ਆ ਉਹਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਇਹ ਵੀਡੀਓ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਵੀਡੀਓ ਨਾਲ ਕੋਈ ਦਿੱਕਤ ਨਹੀਂ ਹੋ ਸਕਦੀ, ਮੈਨੂੰ ਪਤਾ ਜਿਹੜੀਆਂ ਸਹੀ ਨੇ ਆਪਣੀ ਜਗ੍ਹਾ, ਅਤੇ ਜਿਹੜੀਆਂ ਜਿਹੜੇ ਮੈਂ ਜਿਹਦੀ ਗੱਲ ਕਰ ਰਿਹਾ ਜਿਹੜੀ ਉਹ ਲਾਈਨ ਦੀਆਂ ਉਹਨਾਂ ਨੂੰ ਸਮਝ ਆ ਜਾਣੀ ਹੈ। ਔਰ ਫਿਰ ਉਹਨੇ ਕੀ ਕਰਨਾ, ਉਹਨੂੰ ਰਸਤਾ ਦੱਸਣਾ ਵੀ ਕਲੱਬ 'ਚ ਤਾਂ ਐਂਟਰੀ ਫ੍ਰੀ ਹੈ ਤੈਨੂੰ ਪਤਾ ਨਹੀਂ, ਉਹਨੇ ਕਹਿੰਦਾ ਨਾ, ਉਹਨੇ ਇੱਕ ਦਿਨ ਕਲੱਬ ਲੈ ਜਾਣਾ, ਬਸ ਬਸ ਇੱਕ ਦਿਨ ਕਲੱਬ ਜਾਣ ਦੀ ਦੇਰ ਹੀ, ਕਲੱਬ ਗਈ ਆ ਉੱਥੇ ਐਂਟਰੀ ਫ੍ਰੀ, ਪਹਿਲੀ ਗੱਲ ਕੁੜੀਆਂ ਦੀ, ਪਹਿਲੀ ਤਾਂ ਗੱਲ ਇਹ ਵਾ ਵੀ ਇੱਥੇ ਨਜ਼ਾਰੇ ਜਿਹੜੇ ਆ ਵਾ ਵੀ ਕੁੜੀਆਂ ਨੂੰ ਐਂਟਰੀ ਫ੍ਰੀ ਹੈ, ਕਲੱਬ ਦੀ ਐਂਟਰੀ ਫ੍ਰੀ ਹੋ ਗਈ, ਅੰਦਰ ਖਾਣਾ ਪੀਣਾ ਫ੍ਰੀ ਹੋ ਗਿਆ। ਫਿਰ ਜਿੱਦਾਂ ਥਾਈਲੈਂਡ 'ਚ ਚੱਲਦਾ ਕੰਮ ਹੈ ਨਾ, ਉੱਥੇ ਵੀ ਇੱਦਾਂ ਹੀ ਹੈ ਵੀ ਕੁੜੀਆਂ ਦੀ ਐਂਟਰੀ ਫ੍ਰੀ ਹੈ, ਫਿਰ ਇਹਨਾਂ ਦੀ ਐਂਟਰੀ ਫ੍ਰੀ ਹੈ, ਖਾਣਾ ਪੀਣਾ ਇਹਨਾਂ ਦਾ ਫ੍ਰੀ ਹੈ, ਬਸ ਮੁਰਗੇ ਘੇਰੋ, ਬਸ ਮੁਰਗੇ ਲਿਆਓ ਬਸ। ਹੁਣ ਉਹ ਫਿਰ ਇਹਨਾਂ ਕੀ ਕਰਨਾ, ਉੱਥੇ ਜਾਣਾ ਵਾ, ਖਾਣਾ ਪੀਣਾ ਇੰਜੋਏਮੈਂਟ ਫ੍ਰੀ, ਉਹਨਾਂ ਵੇਖਣਾ ਵੀ ਮੈਂ ਤਾਂ ਕਦੀ ਜ਼ਿੰਦਗੀ 'ਚ ਚੀਜ਼ ਵੇਖੀ ਨਹੀਂ ਜਿਹੜੀ ਜ਼ਿੰਦਗੀ ਇੱਥੇ ਆ ਕਲੱਬ ਦੀ। ਫਿਰ ਉਹਨੇ ਕਹਿਣਾ ਵੀ ਹਾਂ ਤੂੰ ਅੱਜ ਆ ਗਈ ਹੈ ਨਾ, ਵੇਖ ਨਜ਼ਾਰੇ, ਫਿਰ ਇਹਦਾ ਫੜ ਲਾ ਮਾੜਾ ਜਿਹਾ ਪੈਗ। ਅੱਛਾ ਮੈਂ ਉੱਥੇ ਕੁੜੀਆਂ ਵੇਖੀਆਂ ਜਿਹੜੀਆਂ ਕੁੜੀ ਨੂੰ ਕਹਿ ਰਹੀਆਂ ਲਾ, ਕਹਿੰਦੀ ਨਹੀਂ ਹੋਰ ਤੂੰ ਕੁੜੀ ਹੈ, ਇਹ ਕਿੱਦਾਂ ਦੀ ਕੁੜੀ ਹੋਈ, ਲਾ ਕੁਛ ਨਹੀਂ ਹੁੰਦਾ। ਅੱਛਾ ਉਹਨੇ ਇੱਕ ਪੈਗ ਲਾਉਣਾ, ਫਿਰ ਇੱਕ ਤੋਂ ਵੱਧ ਕੇ ਬੋਤਲ ਜਾਣੀ ਆ, ਫਿਰ ਬੋਤਲ ਤੋਂ ਬਾਅਦ ਡਰੰਮ ਬਣ ਜਾਣਾ ਉਹਨਾਂ ਨੇ। ਫਿਰ ਉੱਥੇ ਜਦੋਂ ਪੈਗ ਚੱਲਦੇ ਆ ਫਿਰ ਸਿਗਰਟ ਵੀ ਚੱਲਣੀ ਆ, ਸਿਗਰਟ ਉਹ 'ਚ ਬਾਅਦ ਡਾਂਸ ਚੱਲਣਾ, ਫਿਰ ਐ ਨਹੀਂ ਵੀ ਆਪਣੇ ਇੱਕ ਯਾਰ ਨਾਲ ਨਾ, ਜਿਹੜਾ ਆ ਗਿਆ ਇੱਕ ਨੇ ਮਤਲਬ ਪੰਜਾਬਾਂ ਨਾਲ ਡਾਂਸ ਕਰ ਜਾਣਾ। ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਗਾਲਾਂ ਸਿੱਖਣੀਆਂ, ਫਿਰ ਇਹਨਾਂ ਦੀ ਉਹ ਯਾਰੀ ਪੈਣੀ ਉਹਨਾਂ ਕੁੜੀਆਂ ਨਾਲ ਜਿਹੜੀਆਂ ਇਹ ਕੰਮ ਬੜੇ ਸਾਲਾਂ ਤੋਂ ਚਲਾ ਰਹੀਆਂ, ਜਿਹੜਾ ਤਾਂ ਮਤਲਬ ਜਿਹਨਾਂ ਕੋਲ ਕਾਫੀ ਨੋਟ ਆ, ਜਿਹਨਾਂ ਨੇ ਗੱਡੀਆਂ ਖਰੀਦ ਲਈਆਂ, ਕੋਠੀਆਂ ਖਰੀਦ ਲਈਆਂ, ਫਲੈਟ ਖਰੀਦ ਲਿਆ ਜਿਹਨਾਂ ਨੇ ਏ ਟੀ ਐਮ ਮਸ਼ੀਨ ਤੋਂ ਜਿਹਨਾਂ ਨੇ ਗੱਡੀਆਂ ਖਰੀਦ ਲਈਆਂ, ਕੋਠੀਆਂ ਫਲੈਟ ਖਰੀਦ ਲਏ ਜਿਹਨਾਂ ਨੇ, ਆਈਫੋਨ ਤੱਕ ਖਰੀਦ ਕੇ ਰੱਖੇ ਜਿਹਨਾਂ ਨੇ, ਫਿਰ ਉਹਨਾਂ ਨੇ ਇਹਨੂੰ ਇਹ ਤਰੀਕਾ ਦੱਸਣਾ, ਫਿਰ ਉਹਨੇ ਸਮਝ ਜਾਣਾ। ਫਿਰ ਉਸ ਤੋਂ ਬਾਅਦ ਅੱਗੇ ਉਹਨੂੰ ਟ੍ਰੇਨਿੰਗ ਦੇ ਤੀ, ਫਿਰ ਉਹਨੇ ਕਹਿਣਾ ਵੀ ਹੁਣ ਤੂੰ ਅੱਗੇ ਹੋਰ ਟ੍ਰੇਨਿੰਗ ਦੇ, ਜਿੱਦਾਂ ਉਹ ਚੇਨ ਸਿਸਟਮ ਹੁੰਦਾ ਨਾ, ਇੱਕ ਨਾਲ ਤਿੰਨ ਬੰਦੇ ਜੋੜੋ, ਇਹ ਇੱਕ ਨਾਲ ਮਤਲਬ ਵੀ 10-15 ਕੁੜੀਆਂ ਜੋੜਦੀਆਂ ਆਪਣੇ ਨਾਲ, ਇਹ ਬਿਜ਼ਨਸ ਹੈ। ਇੱਦਾਂ ਹੀ ਬਸ ਕਰਦੇ ਕਰਦੇ ਪਤਾ ਨਹੀਂ ਕਿੰਨੇ ਕੁ ਮੁੰਡੇ ਇੱਦਾਂ ਉਹਨਾਂ ਨੇ ਆਪਣੇ ਮਤਲਬ ਬਾਅਦ 'ਚੋਂ ਫਸਾਉਣੇ ਆ, ਉਹਨਾਂ ਨੂੰ ਮਤਲਬ ਸ਼ਦਾਈ ਬਣਾਉਣਾ, ਉਹਨੂੰ ਲੁੱਟਣਾ ਆ ਉਹਨਾਂ ਨੂੰ, ਫਿਰ ਇਹਨਾਂ ਦਾ ਸ਼ਰਾਬਾਂ ਨਾਲ ਸਿਗਰਟਾਂ ਨਾਲ ਕੁਛ ਨਹੀਂ ਹੋਣਾ, ਫਿਰ ਇਹਨਾਂ ਨੇ ਮਤਲਬ ਲੈਣਾ ਖਿੱਚਣੀਆਂ। ਇਹ ਹਾਲ ਮੈਂ ਇੱਥੇ ਵੇਖਿਆ ਵਾ ਆਪਣੀ ਅੱਖੀ, ਮੇਰੇ ਕੋਲ ਵੀਡੀਓ ਤੱਕ ਹੈਗੀ ਹੈ, ਮੈਂ ਜੋੜਨਾ ਨਹੀਂ ਚਾਹੁੰਦਾ ਕਿਉਂਕਿ ਥੋੜ੍ਹਾ ਬਹੁਤਾ ਪੜਦਾ, ਕਿਉਂਕਿ ਵੀਡੀਓ ਬਾਅਦ 'ਚੋਂ ਇਹੋ ਜਿਹੀ ਵੀਡੀਓ ਜਦੋਂ ਕਲੀਅਰ ਕਰ ਦਿਉ ਬਾਅਦ 'ਚ ਮਤਲਬ ਕੋਈ ਪ੍ਰੋਬਲਮ ਕਰ ਦਿੰਦੇ ਵੀਡੀਓ 'ਚ। ਬਸ ਇਹੋ ਹੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਮੇਰੇ ਇਹ ਵੀਡੀਓ ਦਾ, ਅੱਜ ਮੇਰਾ ਕੀ ਮਕਸਦ ਹੈ ਇਹ ਚੀਜ਼ਾਂ ਗੱਲ ਕਰਨ ਦਾ, ਵੀ ਪਹਿਲੀ ਗੱਲ ਤਾਂ ਜਿਹੜੀ ਸਮਝਦਾਰ ਆਪਣੀ ਇੱਜ਼ਤਦਾਰ ਖਾਨਦਾਨੀ ਕੁੜੀ ਹੈ, ਉਹਦੇ ਕਦੀ ਵੀ ਮਾਂ ਪਿਓ ਦੇ ਭਰਾ ਕਦੀ ਨਹੀਂ ਚਾਹਣਗੇ ਵੀ ਸਾਡੀ ਪਿੰਡਾਂ ਦੇ ਵਿੱਚ ਉੱਠ ਕੇ ਕੁੜੀ ਸ਼ਹਿਰਾਂ ਦੇ ਵਿੱਚ ਜਾ ਕੇ ਰਹੇ, ਇਕੱਲੀ ਰਹੇ, ਉਹਨੂੰ ਪੁੱਛਣਾ ਨਹੀਂ ਕਿੱਥੇ ਰਹਿੰਦੀ ਹੈ, ਕਿਹਦੇ ਨਾਲ ਰਹਿੰਦੀ ਹੈ, ਇਹ ਚੀਜ਼ਾਂ ਨਾਲ ਉਹਨੂੰ ਕੋਈ ਮਤਲਬ ਨਹੀਂ ਹੈ ਨਾ। ਜਿਹੜੀ ਇਹੋ ਜਿਹੀਆਂ ਕੁੜੀਆਂ ਨੇ ਉਹਦੇ ਬਾਰੇ ਮੈਂ ਗੱਲ ਕਰ ਰਿਹਾ ਅੱਜ ਹੈ ਨਾ, ਜਿਹੜੀਆਂ ਸਮਝਦਾਰ ਖਾਨਦਾਨੀ ਕੁੜੀਆਂ ਵਾ ਉਹ ਨਹੀਂ ਆ ਚੀਜ਼ਾਂ ਬਿਲਕੁਲ ਵੀ, ਉਹ ਭਰਾ ਵੀ ਕਦੀ ਨਹੀਂ ਚਾਹਣਗੇ, ਉਹ ਮਾਂ ਪਿਓ ਨਹੀਂ ਕਦੀ ਵੀ ਚਾਹਣਗੇ ਵੀ ਸਾਡੀ 10-12 ਹਜ਼ਾਰ ਰੁਪਏ 'ਚ ਕੁੜੀ ਬਾਅਦ ਧੱਕੇ ਖਾਂਦੀ ਫਿਰੇ, ਹੈ ਨਾ, ਉਹ ਨਹੀਂ ਕਦੀ ਵੀ। ਸਮਝਦਾਰ ਜਿਹੜਾ ਪਰਿਵਾਰ ਹੈ, ਫੈਮਲੀ ਹੈ, ਉਹ ਕਦੀ ਨਹੀਂ ਆ ਚੀਜ਼ਾਂ। ਇਹ ਕੁੜੀਆਂ ਜਿਹੜੀਆਂ ਇੱਥੇ ਆਈ ਦੀਆਂ ਵਾ, ਮੈਂ ਹੈਰਾਨ ਹਾਂ ਵੀ ਉਹ ਕਿਹੜੇ ਮਾਂ ਪਿਓ ਨੇ ਉਹਨਾਂ ਨੂੰ ਸਲਿਊਟ ਹੈ ਵੀ ਤੁਸੀਂ ਧੀ ਜੰਮ ਕੇ ਤੁਸੀਂ ਉਹਨੂੰ ਜੇ ਪਾਲ ਹੀ ਨਹੀਂ ਸਕੇ, ਜੇ ਤੁਸੀਂ ਉਹਨੂੰ ਆਪਣੇ ਵਿਆਹ ਕਰਨ ਤੱਕ ਤੁਸੀਂ ਉਹਨੂੰ ਮਤਲਬ ਆਪਣੇ ਘਰ ਨਹੀਂ ਰੱਖ ਸਕੇ
ਤੇ ਹੱਦੂ ਲਾਣਤ ਆ ਤੁਹਾਡੇ ਵਰਗੇ ਮਾਂ ਪਿਓ ਤੇ ਤੁਹਾਡੇ ਵਰਗੇ ਭਰਾਵਾਂ ਤੇ ਜਿਹੜੀਆਂ ਮਤਲਬ ਭੈਣਾਂ ਬਾਹਰ ਖੱਜਲ ਹੋ ਰਹੀਆਂ ਤੇ ਤੁਸੀਂ ਬਾਅਦ ਚੋ ਘਰ ਚ ਮਤਲਬ ਟੋਰ ਨਾ ਮਤਲਬ ਯਾਸ਼ੀ ਮਾਰਦੇ ਹੋ। ਵਾਹ, ਤੁਹਾਨੂੰ ਨੀ ਇੰਨੀ ਪਤਾ ਲੱਗਦਾ ਵੀ ਤੁਹਾਡੀ ਭੈਣ ਤੁਹਾਡੀ ਕੁੜੀ ਕਿੱਥੇ ਬਾਹਰ ਖੇ ਖਾ ਰਹੀ ਹੈ ਔਰ ਕਿੰਨਿਆਂ ਲੋਕਾਂ ਨੂੰ ਹੋਰ ਖਰਾਬ ਕਰ ਰਹੀ ਹੈ, ਕਿੰਨੀਆਂ ਕੁੜੀਆਂ ਨੂੰ ਖਰਾਬ ਕਰ ਰਹੀ ਹੈ। ਤੇ ਜਿਹੜੇ ਮੁੰਡੇ ਮੇਰੇ ਸੱਜਣ ਨੇ ਮੇਰੀ ਵੀਡੀਓ ਵੇਖਦੇ ਆ, ਮੇਰੇ ਨਾਇਕਰੀ ਨੇ ਤੇ ਮੇਰੇ ਵੀਰ, ਕਦੀ ਵੀ ਚੰਡੀਗੜ੍ਹ 'ਚ ਜੇ ਕੋਈ ਕੁੜੀ ਦਾ ਰਿਸ਼ਤਾ ਆਉਂਦਾ ਨਾ ਕਰ ਦਿਓ, ਕਿਉਂਕਿ ਜਿਹੋ ਜਿਹੀਆਂ ਕੁੜੀਆਂ ਇੱਥੇ ਮੈਂ ਵੇਖੀਆਂ ਵਾਂ, ਸ਼ਕਲੋਂ ਇੰਨੀਆਂ ਸ਼ਰੀਫ ਨੇ, ਵੇਖ ਕੇ ਆਉਣ ਲੱਗੇਗਾ ਵੀ ਵਾਹ ਯਾਰ। ਤੇ ਮੈਂ ਇਹ ਵੇਖਦਾ ਵਾ ਨਾਲ ਵੀ ਯਾਰ, ਮਾਂ ਪਿਓ ਵਿਚਾਰੇ ਪਿੱਛੋਂ ਦਿਹਾੜੀ ਲਾ ਰਹੇ, ਕੋਈ ਪੱਲੇਦਾਰੀ ਦਾ ਕੰਮ ਕਰ ਰਿਹਾ, ਕੋਈ ਰਾਜ ਮਿਸਤਰੀ ਦਾ ਕੰਮ ਕਰ ਰਿਹਾ, ਕੋਈ ਦਿਹਾੜੀ ਲਾ ਰਿਹਾ ਵਿਚਾਰਾ, ਹਰ ਤਰ੍ਹਾਂ ਦੀ ਹੈ ਨਾ। ਉਹ ਵਿਚਾਰਾ ਆਪਣੀ ਕੁੜੀ ਨੂੰ ਉੱਥੇ ਭੇਜ ਕੇ ਵੀ ਚੱਲ ਪੜ੍ਹ ਲਿਖ ਲਏਗੀ, ਕੋਈ ਅਫਸਰ ਬਣ ਜਾਏਗੀ, ਸਾਡੇ ਦਿਨ ਸਿੱਧੇ ਹੋ ਜਾਣਗੇ, ਗਰੀਬੀ ਸਾਡੀ ਦੂਰ ਹੋ ਜਾਏਗੀ, ਸਾਡੀ ਧੀ ਗਰੀਬੀ ਦੂਰ ਕਰੇਗੀ। ਕਿਉਂਕਿ ਮੈਂ ਹੁਣ ਵੇਖਿਆ ਵਾ, ਥੋੜ੍ਹੇ ਦਿਨ ਪਹਿਲਾਂ ਹੀ ਅਜੇ ਖਬਰ ਵੀ ਤੁਸੀਂ ਸੁਣੀ ਹੋਣੀ ਆ ਵੀ ਸ਼ਡਿਊਲ ਕਾਸਟ ਕੁੜੀਆਂ ਜਿਹੜੀਆਂ ਗਰੀਬ ਘਰ ਤੋਂ, ਜਿਹੜੀਆਂ ਗਰੀਬ ਪਰਿਵਾਰਾਂ ਤੋਂ ਕੁੜੀਆਂ ਨਾ, ਜੱਜ ਬਣੀਆਂ। ਤੇ ਉਹਨਾਂ ਨੂੰ ਸਲਿਊਟ ਆ ਉਹਨਾਂ ਦੇ ਮਾਂ ਪਿਓ ਨੂੰ, ਉਹਨਾਂ ਕੁੜੀਆਂ ਦੇ ਜਿਹੜੇ ਪਿਓ ਸੀ ਉਹਨਾਂ ਨੇ ਆਟੋ ਚਲਾ ਚਲਾ ਕੇ, ਰੇਹੜੀਆਂ ਲਾ ਲਾ ਕੇ, ਦਿਹਾੜੀਆਂ ਲਾ ਲਾ ਕੇ ਆਪਣੀਆਂ ਕੁੜੀਆਂ ਨੂੰ ਪੜ੍ਹਾਇਆ, ਆਪ ਤੰਗ ਹੋ ਕੇ ਆਪਣੀਆਂ ਕੁੜੀਆਂ ਨੂੰ ਪੜ੍ਹਾ ਲਿਖਾ ਕੇ ਅੱਜ ਅਫਸਰ ਬਣਾਇਆ। ਉਹਨਾਂ ਕੁੜੀਆਂ ਨੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਤਾ ਔਰ ਸਲਿਊਟ ਹੈ ਉਹਨਾਂ ਦੇ ਮਾਂ ਪਿਓ ਦੀ ਮਿਹਨਤ ਨੂੰ, ਉਹਨਾਂ ਕੁੜੀਆਂ ਨੂੰ ਸਲਿਊਟ ਆ ਜਿਨ੍ਹਾਂ ਨੇ ਵਿਚਾਰੀਆਂ ਨੇ ਆਪਣੀ ਮਿਹਨਤ ਕਰਕੇ ਆਪਣੀ ਗਰੀਬੀ ਨੂੰ ਵੇਖਿਆ, ਆਪਣੀ ਗਰੀਬੀ ਦੇ ਖਿਲਾਫ ਲੜਾਈ ਲੜੀ, ਪੜ੍ਹ ਲਿਖ ਕੇ ਆਪਣੇ ਮਤਲਬ ਅਫਸਰ ਬਣੀਆਂ। ਔਰ ਗਰੀਬ ਦਾ ਸਭ ਤੋਂ ਵੱਡਾ ਹਥਿਆਰ ਜਿਹੜਾ ਵਾ, ਗਰੀਬੀ ਦਾ ਸਭ ਤੋਂ ਵੱਡਾ ਹਥਿਆਰ ਆ ਪੜ੍ਹਾਈ। ਜਿਨ੍ਹਾਂ ਨੂੰ ਇਹ ਚੀਜ਼ ਦਾ ਪਤਾ ਵਾ ਉਹ ਅੱਜ ਵੀ ਪੜ੍ਹ ਲਿਖ ਰਹੀਆਂ, ਆਪਣੇ ਮਾਂ ਪਿਓ ਦਾ ਨਾਮ, ਆਪਣੇ ਮਹੱਲੇ ਦਾ, ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਦੀਆਂ। ਤੇ ਉਹਨਾਂ ਦਾ ਰੁਤਬਾ ਵੇਖੋ ਕਿੰਨਾ ਉੱਚਾ ਹੋ ਜਾਂਦਾ, ਉਹਨਾਂ ਦੇ ਮਾਂ ਪਿਓ ਦੀ ਖੁਸ਼ੀ ਵੇਖੋ, ਉਹਨਾਂ ਦੀ ਕੀ ਇੱਜ਼ਤ ਹੁੰਦੀ ਹੋਏਗੀ ਹੈ ਨਾ ਸਮਾਜ ਦੇ ਵਿੱਚ, ਇੱਕ ਵੱਖਰੀ ਰਿਸਪੈਕਟ ਬਣ ਜਾਂਦੀ ਹੈ ਲੋਕਾਂ ਦੀਆਂ ਨਜ਼ਰਾਂ 'ਚ ਵੀ ਇਹ ਉਹਦਾ ਮਤਲਬ ਪਿਓ ਆ, ਉਸ ਕੁੜੀ ਦਾ ਪਿਓ ਆ, ਉਸ ਧੀ ਦਾ ਪਿਓ ਆ ਜਿਹੜੀ ਕੁੜੀ ਅੱਜ ਜੱਜ ਬਣੀ, ਟੀਚਰ ਬਣੀ, ਡਾਕਟਰ ਬਣੀ, ਕੋਈ ਵੀ ਅਹੁਦੇ 'ਤੇ ਮਤਲਬ ਜਿਹੜੀ ਲੱਗੀ ਹੁੰਦੀ ਹੈ ਨੌਕਰੀ, ਕਿੰਨੀ ਖੁਸ਼ੀ ਹੁੰਦੀ ਹੋਏਗੀ ਉਹ ਮਾਂ ਪਿਓ ਨੂੰ ਹੈ ਨਾ। ਅਤੇ ਇੱਕ ਚੰਡੀਗੜ੍ਹ 'ਚ ਨੱਚ ਰਹੀ ਆ ਕੇ, ਪਿੰਡਾਂ 'ਚੋਂ ਆ ਗਈ ਦੀਆਂ, ਗਰੀਬੀ 'ਚੋਂ ਨਿਕਲੀਆਂ, ਗਰੀਬੀ 'ਚੋਂ ਉੱਠ ਕੇ ਆ ਕੇ, ਇਹ ਨਹੀਂ ਸ਼ਰਮ ਆਉਂਦੀ ਵੀ ਸਾਡਾ ਪਿਓ ਪਿੱਛੇ ਵਿਚਾਰਾ ਦਿਹਾੜੀ ਲਾ ਰਿਹਾ, ਉਹਦੀ ਮਤਲਬ ਮਾਂ ਵਿਚਾਰੀ ਪਿੱਛੇ ਭਾਂਡੇ ਮਾਂਜ ਰਹੀ ਆ, ਲੋਕਾਂ ਦੇ ਘਰਾਂ 'ਚ ਝਾੜੂ ਪੋਚਾ ਗੋਹਾ ਚੁੱਕਣ ਡੀ ਆ। ਇਹ ਨਹੀਂ ਕਿ ਆਪਣੇ ਮਾਂ ਪਿਓ ਦੀ ਕੋਈ ਮਾੜੀ ਮੋਟੀ ਇੱਜ਼ਤ ਹੀ ਰੱਖ ਲਾਂ ਮੈਂ, ਕੋਈ ਮਾਂ ਪਿਓ ਦੀ ਆਪਣੇ ਦੀ ਕੋਈ ਦਿਨ ਹੀ ਬਦਲ ਲੈ ਮੈਂ ਆਪਣੇ ਮਾਂ ਪਿਓ ਦੇ, ਸਾਰੀ ਉਮਰ ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਪਾਲਦੇ ਇੱਥੋਂ ਤੱਕ ਮਤਲਬ ਵੀ ਸਾਨੂੰ ਕੀਤਾ ਵਾ, ਅਤੇ ਅੱਜ ਵਿਚਾਰੇ ਫਿਰ ਵੀ ਉਹ ਉੱਦਾਂ ਹੀ ਗੋਹਾ ਹੀ ਚੁੱਕ ਰਹੇ ਆ, ਲੋਕਾਂ ਦੇ ਘਰ ਭਾਂਡੇ ਹੀ ਮਾਂਜ ਰਹੀ ਉਹਦੀ ਮਾਂ, ਪਰ ਮਾਂ ਦੀ ਧੀ ਨੂੰ ਇਹ ਨਹੀਂ ਸ਼ਰਮ ਆ ਰਹੀ ਵੀ ਤੂੰ ਵੀ ਆਪਣੇ ਕਿਤੇ ਮਾੜੇ ਜੇ ਆਪਣੇ ਮਾਂ ਪਿਓ ਦੇ ਬਾਰੇ ਸੋਚ ਲਾ, ਤੂੰ ਵੀ ਪੜ੍ਹ ਕੇ ਅਤੇ ਆਪਣੇ ਮਾਂ ਪਿਓ ਦਾ ਮਾੜਾ ਜਿਹਾ ਗਰੀਬੀ 'ਚੋਂ ਮਤਲਬ ਕੱਢ ਦੇ, ਮਤਲਬ ਸਿਰ ਹੁਣ ਬਾਹਰ ਗਰੀਬੀ 'ਚੋਂ ਉਹਨੂੰ ਵੀ ਆਜ਼ਾਦ ਹੋਣ ਦੇ, ਤੂੰ ਵੀ ਉਹਨੂੰ ਚੰਗੇ ਦਿਨ ਦਿਖਾ ਲਾ, ਕਿਉਂਕਿ ਕੁੜੀਆਂ ਦੇ ਉੱਤੇ ਮਾਂ ਪਿਓ ਨੂੰ ਬੜਾ ਮਾਣ ਹੁੰਦਾ ਵੀ ਚੱਲ ਪੁੱਤਰ 'ਤੇ, ਚੱਲ ਕਈ ਇਸ ਵੇਲੇ ਅੱਜ ਦੇ ਇਹੋ ਜਿਹੇ ਆ ਵੀ ਜਦੋਂ ਆਖਰ 'ਤੇ ਆ ਕੇ ਵੰਡ ਦੇ ਪਿੱਛੇ ਪੈ ਜਾਂਦੇ ਆ, ਹਿੱਸੇ ਦੇ ਪਿੱਛੇ ਪੈ ਜਾਂਦੇ ਆ, ਹੈ ਨਾ, ਫਿਰ ਵੀ ਚਲੋ ਕਈ ਮੁੰਡੇ ਸਾਰੇ ਇੱਕੋ ਜਿਹੇ ਨਹੀਂ ਆ, ਜ਼ਿਆਦਾਤਰ 'ਤੇ ਮਾਂ ਪਿਓ ਦੀ ਸੇਵਾ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਆ ਮਾਂ ਪਿਓ ਦੇ ਮਤਲਬ ਜਿਹੜੇ ਪੁੱਤਰ ਨੇ ਇਸ ਲਈ, ਹੈ ਨਾ। ਪਰ ਜਿਹੜੇ ਕੁਛ ਹੈਗੇ ਆ ਜਿਹੜੇ ਨਸ਼ੇ 'ਚ ਪੈ ਕੇ ਆਪਣੇ ਮਾਂ ਪਿਓ ਨੂੰ ਵੀ ਕੁੱਟਣ ਲੱਗ ਪੈਂਦੇ ਆ, ਫਿਰ ਉੱਥੇ ਆ ਕੇ ਮਾਂ ਪਿਓ ਨੂੰ ਹੁੰਦਾ ਵੀ ਨਹੀਂ ਯਾਰ, ਧੀਆਂ ਇਹੋ ਜਿਹੀਆਂ ਵਾ ਜਿਹੜੀਆਂ ਵੰਡ ਨਹੀਂ ਕਰਦੀਆਂ,
ਜਿਹੜੇ ਆਪਣੇ ਮਾਂ ਪਿਓ ਦੇ ਹਿੱਸੇ ਦੇ ਪਿੱਛੇ ਨਹੀਂ ਪੈਂਦੀਆਂ, ਆਪਣੇ ਮਾਂ ਪਿਓ ਦੀ ਸੇਵਾ ਲਈ ਮਤਲਬ ਹਮੇਸ਼ਾ ਹਾਜ਼ਰ ਰਹਿੰਦੀਆਂ ਹਨਾ। ਪਰ ਫਿਰ ਵੀ ਅੱਜ ਦੀ ਡੇਟ 'ਚ ਇਹੋ ਜਿਹੀਆਂ ਵੀ ਧੀਆਂ ਵੀ ਜਿਹੜੀਆਂ ਉਹ ਵੀ ਕਹਿੰਦੀਆਂ ਵੀ ਮੈਨੂੰ ਵੀ ਹਿੱਸਾ ਚਾਹੀਦਾ ਬਰਾਬਰ ਦਾ, ਜੇ ਦੋਵਾਂ ਦਾ ਹਿੱਸਾ ਦਿੱਤਾ ਤੀਜਾ ਮੇਰਾ ਹਿੱਸਾ ਕਿੱਥੇ ਆ। ਇਹ ਵੀ ਅੱਜ ਕੱਲ੍ਹ ਕਲਯੁੱਗ ਆ ਗਿਆ ਦਾ ਵਾ, ਇਹ ਵੀ ਮਤਲਬ ਧੀ ਹੈਗੀ ਆ। ਬਸ ਮੇਰਾ ਅੱਜ ਦਾ ਇਹੋ ਹੀ ਮੈਸੇਜ ਸੀਗਾ ਉਹਨਾਂ ਕੁੜੀਆਂ ਨੂੰ ਜਿਹੜੀਆਂ ਇੱਥੇ ਆ ਕੇ ਚੰਡੀਗੜ੍ਹ 'ਚ ਯਾਸ਼ੀਆਂ ਮਾਰਦੀਆਂ, ਜਿਹੜੀਆਂ ਕਲੱਬਾਂ 'ਚ ਜਾ ਕੇ ਸਿਗਰਟਾਂ ਫੂਕਦੀਆਂ, ਦਾਰੂ ਪੀਂਦੀਆਂ, ਨੱਚਦੀਆਂ ਵਾ, ਇੱਕ ਨਾਲ ਨਹੀਂ 15-15 ਮੁੰਡਿਆਂ ਨਾਲ ਡਾਂਸ ਕਰ ਜਾਂਦੀਆਂ, ਅਤੇ ਉਹਨਾਂ ਕੁੜੀਆਂ ਨੂੰ ਤਾਂ ਲੱਖ ਦੀ ਲਾਹਨਤ ਹੈ ਜਿਹੜੀਆਂ ਪਿੰਡ 'ਚੋਂ ਆ ਕੇ ਆਪਣੀ ਔਕਾਤ ਭੁੱਲ ਜਾਂਦੀਆਂ, ਪਿਛਲੀ ਜ਼ਿੰਦਗੀ ਕੀ ਸੀ ਅਤੇ ਇੱਥੇ ਆ ਕੇ ਵੇਖਦੀਆਂ ਵੀ ਵਾਹ, ਉਹਨਾਂ ਨੂੰ ਲਾਹਨਤ ਹੈ ਮੇਰੇ ਵੱਲੋਂ, ਲੱਖ ਦੀ ਲਾਹਨਤ। ਇਹੋ ਜਿਹੀ ਧੀ ਜੰਮਣ ਨਾਲੋਂ ਤਾਂ ਬੰਦਾ ਬੇਔਲਾਦ ਚੰਗਾ, ਕਿ ਇਹੋ ਜਿਹੀ ਧੀ ਨਹੀਂ ਚਾਹੀਦੀ ਜਿਹੜੀ ਇੱਥੇ ਆ ਕੇ ਲੋਕਾਂ ਨਾਲ ਬਗਾਨਿਆਂ ਮੁੰਡਿਆਂ ਨਾਲ ਨੱਚ ਕੇ ਕਲੱਬ 'ਚੋਂ ਆ ਰਹੀ ਹੈ, ਕਿ ਰਾਤ ਨੂੰ ਜੇ ਜ਼ਿਆਦਾ ਟੈਟ ਹੋ ਜਾਂਦੀ ਹੈ, ਟਿਵਰੀ ਜ਼ਿਆਦਾ ਟੈਟ ਹੋ ਗਈ ਤਾਂ ਰਾਤ ਉਹਦੇ ਨਾਲ ਹੀ ਰਹਿ ਲਾਂਗੀ, ਕੋਈ ਨਹੀਂ ਕੋਈ ਚੱਕਰ ਨਹੀਂ, ਇੱਥੇ ਇੱਦਾਂ ਹੀ ਚੱਲਦਾ। ਔਰ ਨਾ ਕਰਿਓ ਇਹੋ ਜਿਹੇ ਕੁੜੀ ਜਿਹੜੀ ਵੀ ਤੁਹਾਨੂੰ ਰਿਸ਼ਤਾ ਕੋਈ ਆਉਂਦਾ ਨਾ, ਨਾ ਕਰਿਓ। ਵਿਆਹ ਬੰਦਾ ਕਰਦਾ ਆਪਣੀ ਵੋਟੀ, ਆਪਣੇ ਘਰ ਵਾਸਤੇ ਆਪਣੀ ਇੱਜ਼ਤ ਲਿਆਉਂਦਾ, ਆਪਣੇ ਘਰ ਦੀ ਸ਼ਾਨ ਆ ਨਾ, ਆਪਣੇ ਘਰ ਦੀ ਜਿਹਦਾ ਮਾਣ ਹੁੰਦਾ ਜਿਹਦੇ 'ਤੇ ਅੱਗੇ ਵੀ ਸਾਡੀ ਘਰ ਦੀ ਇੱਜ਼ਤ ਹੈ, ਉਹ ਲਿਆਂਦਾ ਆਪਣੇ ਵਾਸਤੇ ਵਿਆਹ ਕਰਕੇ, ਅਤੇ ਜਦੋਂ ਵਿਆਹ ਹੋ ਜਾਂਦਾ ਪਤਾ ਲੱਗਦਾ ਵੀ ਇਹ ਤਾਂ ਉਹ ਕਲੱਬ ਵਾਲੀ ਹੈ, ਅਤੇ ਬਾਅਦ 'ਚੋਂ ਬੜੀ ਰੌਣਕ ਲੱਗੀ ਰਹਿੰਦੀ ਹੈ ਸ਼ਿੰਦੋ ਤੇਰੀ ਹੱਟੀ 'ਤੇ, ਉਹ ਕੰਮ ਨਾ ਹੋ ਜੇ। ਫਿਰ ਬਾਅਦ 'ਚੋਂ ਆਪਣੇ ਜੋਗੀ ਲਿਆਂਦੀ, ਬਾਅਦ 'ਚੋਂ ਪੂਰਾ ਮਹੱਲਾ ਹੀ ਉਹਦੇ ਪਿੱਛੇ ਤੁਰਿਆਰੇ ਕਰੇ, ਉਹਨੇ ਆਦਤਾਂ ਨਹੀਂ ਨਾ ਜਾਂਦੀਆਂ, ਫਿਰ ਉਹ ਆਦਤਾਂ ਨਹੀਂ ਜਾਂਦੀਆਂ। ਇਸ ਕਰਕੇ ਮੇਰਾ ਵੀਰ ਇਹ ਮੈਸੇਜ ਸੀਗਾ ਇੱਕ ਮਾਂ ਪਿਓ ਨੂੰ ਵੀ ਆਪਣੀ ਧੀਆਂ ਦੇ ਬਾਰੇ ਪਤਾ ਕਰੋ, ਇੱਕ ਉਹਨਾਂ ਧੀਆਂ ਨੂੰ ਕਿ ਜਿਹੜੀਆਂ ਇੱਥੇ ਆ ਗਈ ਦੀਆਂ ਜੇ ਸ਼ਹਿਰਾਂ 'ਚ ਆਪਣੇ ਮਾਂ ਪਿਓ ਦੀ ਇੱਜ਼ਤ ਰੋਲਦੀਆਂ ਪਈਆਂ ਜੇ, ਇੱਕ ਉਹਨਾਂ ਲਈ ਜਿਹੜੇ ਮੇਰੇ ਭਰਾ ਜਿਹੜਾ ਦਾ ਰਿਸ਼ਤਾ ਜੇ ਹੋਣਾ ਵਾ, ਜਾਂ ਚੰਡੀਗੜ੍ਹ ਦੀ ਕੋਈ ਰਿਸ਼ਤੇ ਵਾਲੀ ਗੱਲ ਕਰਦੇ ਆ, ਕੋਈ ਕੁੜੀ ਉੱਥੋਂ ਦੀ ਚੰਗੀ ਪੜ੍ਹੀ ਲਿਖੀ ਆ, ਖਾਨਦਾਨੀ ਹੈ, ਅਤੇ ਬਚ ਕੇ ਆਪਣੇ ਲਈ ਲਿਆਉਣੀ ਆ, ਮਹੱਲੇ ਵਾਸਤੇ ਥੋੜ੍ਹੀ ਲਿਆਉਣੀ ਆ ਜਿਹੜੀ ਪੂਰੇ ਮਹੱਲੇ 'ਚ ਹੀ ਰੌਣਕ ਲਾਈ ਰੱਖੇ, ਉਹ ਨਹੀਂ ਸ਼ਿੰਦੋ ਨਹੀਂ। ਬਸ ਇਹੋ ਅੱਜ ਦਾ ਮੇਰਾ ਮੈਸੇਜ ਸੀ, ਚੰਗੀ ਲੱਗੇਗੀ ਵੀਡੀਓ ਅਤੇ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ। ਧੰਨਵਾਦ, ਮਿਲਦੇ ਇੱਕ ਨਵੀਂ ਵੀਡੀਓ ਨਾਲ, ਤਦ ਤੱਕ ਲਈ ਬਾਏ ਬਾਏ।